ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦਿਲਿੰਦਾ ਵਾ। ਇੱਕ ਹੋਰ ਵਲੋਗ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਚੱਲੇ ਹਾਂ ਬਹੁਤ ਲੰਬੇ ਰੋਡ ਦੇ ਉੱਤੇ, ਜੋ ਕਿ ਕਲਕੱਤਾ, ਪਹਿਲਾਂ ਦਿੱਲੀ ਚੱਲਾਂਗੇ, ਦਿੱਲੀ ਤੋਂ ਬਾਅਦ ਫਿਰ ਕਲਕੱਤਾ, ਕਲਕੱਤੇ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਅੰਡੇਮਾਨ ਨਿਕੋਬਾਰ, ਜੋ ਕਿ ਸਾਡਾ ਪਿਛਲੀ ਵਾਰ ਦਾ ਰੂਟ ਸੀਗਾ ਉਹ ਕੈਂਸਲ ਹੋ ਗਿਆ ਸੀਗਾ। ਅਤੇ ਹੁਣ ਆਪਾਂ ਚੱਲਾਂਗੇ ਕਲਕੱਤਾ, ਕਲਕੱਤਾ ਤੁਹਾਨੂੰ ਘੁਮਾਵਾਂਗੇ, ਦਿੱਲੀ ਘੁਮਾਵਾਂਗੇ, ਫਿਰ ਆਪਾਂ ਚੱਲਾਂਗੇ ਆਪਾਂ ਕਿੱਧਰ, ਅੰਡੇਮਾਨ ਨਿਕੋਬਾਰ। ਅਤੇ ਵਲੋਗ ਨਾਲ ਆਪਣੇ ਨਾਲ ਬਣੇ ਰਹੋ, ਅਤੇ ਬਹੁਤ ਹੀ ਲੌਂਗ ਰੂਟ ਹੈ ਅਤੇ ਤੁਹਾਡੇ ਸਾਥ ਦੀ ਲੋੜ ਹੈ, ਤੁਹਾਡੇ ਪਿਆਰ ਦੀ ਲੋੜ ਹੈ ਅਤੇ ਤੁਹਾਡੇ ਵੀਵਰ ਦੀ ਲੋੜ ਹੈ ਬਾਈ। ਚੈਨਲ ਨੂੰ ਕਮੈਂਟ ਕਰਦੇ ਕਰੋ, ਲਾਈਕ ਕਰਦੇ ਕਰੋ, ਸ਼ੇਅਰ ਕਰਦੇ ਕਰੋ, ਅਤੇ ਯਾਰ ਉਹ ਜਾਂਦੇ ਜਾਂਦੇ ਸਬਸਕ੍ਰਾਈਬ ਵੀ ਕਰਦੇ ਕਰੋ, ਸਬਸਕ੍ਰਾਈਬਰਾਂ ਦੀ ਬਹੁਤ ਲੋੜ ਹੈ। ਅਤੇ ਹੁਣ ਚੱਲਦੇ ਹਾਂ ਆਪਾਂ, ਰੱਬ ਦਾ ਨਾਮ ਲੈ ਕੇ ਤਿਆਰੀ ਆਪਾਂ ਖਿੱਚ ਲਈ ਹੈ। ਅਤੇ ਬਾਈ ਤੁਹਾਡਾ ਇਕੱਲਾ ਹੀ ਚੱਲਿਆ ਆ, ਹਾਲੀ ਕੋਈ ਸਾਥੀ ਨਹੀਂ ਮਿਲਿਆ ਆਪਣੇ ਨੂੰ, ਕੋਈ ਨਹੀਂ, ਹੌਲੀ ਹੌਲੀ ਆਪਣਾ ਇੱਕ ਅੱਧਾ ਸਾਥੀ ਵੀ ਹੋ ਜੂਗਾ, ਅਤੇ ਆਪਾਂ ਫਿਰ ਦੋ, ਇੱਕ ਤੋਂ ਦੋ ਹੋ ਜਾਵਾਂਗੇ, ਦੋ ਤੋਂ ਤਿੰਨ, ਤਿੰਨ ਤੋਂ ਚਾਰ, ਠੀਕ ਹੈ ਜੀ। ਅਤੇ ਵੈਸੇ ਤਾਂ ਜਿਹੜਾ ਇਕੱਲੇ ਦੇ ਵਿੱਚ ਮਜ਼ਾ ਹੈ ਉਹ ਅਲੱਗ ਹੀ ਚੀਜ਼ ਹੈ, ਕਿਉਂਕਿ ਆਪਣੀ ਬੰਦਾ ਆਪਣੀ ਮਰਜ਼ੀ ਨਾਲ ਆਪਣਾ ਹਰ ਇੱਕ ਚੀਜ਼ ਘੁੰਮਦਾ ਆ। ਅਤੇ ਆਪਾਂ ਹੁਣ ਚੱਲਦੇ ਹਾਂ, ਠੀਕ ਹੈ ਜੀ, ਅਤੇ ਆਪਣੇ ਵਲੋਗ ਨਾਲ ਬਣੇ ਰਹੋ। ਲਓ ਜੀ, ਪਹੁੰਚ ਗਏ ਆਪਾਂ ਹੁਣ ਅੰਬਾਲਾ। ਰਸਤੇ ਦਾ ਥੋੜ੍ਹਾ ਵੀਡੀਓ ਨਹੀਂ ਬਣਾਇਆ ਕਿਉਂਕਿ ਨਾ ਲੇਟ ਸੀਗੇ, ਅਤੇ ਆਪਾਂ ਸੋਚਿਆ ਜਲਦੀ ਜਲਦੀ ਪਹੁੰਚਣਾ, ਅਤੇ ਫਿਰ ਮੈਂ ਵੀਡੀਓ ਨਹੀਂ ਬਣਾ ਪਾਇਆ। ਇਹ ਬਾਬੇ ਪਹੁੰਚ ਚੁੱਕੇ ਹਾਂ ਆਪਾਂ, ਹੁਣ ਪਾਰਕਿੰਗ 'ਚ ਗੱਡੀ ਲਾ ਲਈਏ ਪਹਿਲਾਂ, ਫਿਰ ਸਮਾਨ ਕੱਢ ਕੇ। ਲਓ ਜੀ, ਗੱਡੀ ਆਪਾਂ ਲਾਤੀ ਹੈ, ਹੁਣ ਸਮਾਨ ਲੈ ਲਿਆ ਆ, ਬਾਈ ਆਪਣੇ ਨਾਲ ਹੈ, ਅਤੇ ਤੁਹਾਨੂੰ ਸੈਰ ਕਰਾਵਾਂਗੇ ਕਲਕੱਤੇ ਦੀ ਹੁਣ। ਅਤੇ ਚੱਲਦੇ ਹਾਂ ਆਪਾਂ ਹੁਣ, ਅਤੇ ਬਾਕੀ ਰੇਲਵੇ ਸਟੇਸ਼ਨ ਜਾ ਕੇ ਮਿਲਦੇ ਹਾਂ ਤੁਹਾਨੂੰ, ਕਿਉਂਕਿ ਹੁਣ ਥੋੜ੍ਹਾ ਜਿਹਾ ਟਿਕਟਾਂ ਟੁਕਟਾਂ ਜਿਹੀਆਂ ਚੈੱਕ ਚੁੱਕ ਕਰਵਾ ਲਈਏ, ਸਮਾਨ ਸਮੂਨ ਚੈੱਕ ਕਰਵਾ ਲਈਏ, ਫਿਰ ਤੁਹਾਨੂੰ ਰੇਲਵੇ ਸਟੇਸ਼ਨ ਜਾ ਕੇ ਮਿਲਦੇ ਹਾਂ, ਠੀਕ ਆ ਜੀ। ਬਾਕੀ ਰਾਜ, ਹਾਂਜੀ ਹਾਂਜੀ, ਆ ਰਿਹਾ ਆ ਰਿਹਾ ਆ ਰਿਹਾ। ਇਹ ਹੈਗਾ ਅੰਬਾਲਾ ਰੇਲਵੇ ਸਟੇਸ਼ਨ, ਬਾਹਰ ਦਾ ਹਿਸਾਬ ਕਿਤਾਬ ਇੱਦਾਂ ਦਾ ਆ, ਅਤੇ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਰੇਲਵੇ ਸਟੇਸ਼ਨ, ਦੂਜੀ ਵਾਰ ਤੀਜੀ ਵਾਰ ਦਿਖਾਉਣ ਲੱਗਾ ਤੁਹਾਨੂੰ ਅੰਬਾਲੇ ਦਾ ਰੇਲਵੇ ਸਟੇਸ਼ਨ। ਅਤੇ ਉਮੀਦ ਹੈ ਕਿ ਤੁਹਾਨੂੰ ਕਲਕੱਤਾ ਦੇ ਵਲੋਗ 'ਚ ਵਧੀਆ ਮਜ਼ਾ ਆਊਗਾ, ਅਤੇ ਵਲੋਗ ਦੇ ਨਾਲ ਆਪਣੇ ਨਾਲ ਬਣੇ ਰਹੋ। ਟ੍ਰੇਨ ਆਪਣੀ ਹੈਗੀ ਆ 12:47, ਅਤੇ ਹਾਲੇ ਆਪਣੇ ਕੋਲ 20 ਮਿੰਟ ਹੈਗੇ ਆ, ਅਤੇ ਮਿਲਦੇ ਹਾਂ ਆਪਾਂ ਆਪਣੇ ਪਲੇਟਫਾਰਮ 'ਤੇ ਜਾ ਕੇ। ਪਰਲੀ ਸਾਈਡ ਡੱਬਾ ਖੜਾ ਕੀਤਾ ਹੋਇਆ, ਇੱਕ ਪੁਰਾਣੇ ਸਾਈਡ ਟਾਈਪ ਦਾ ਡੱਬਾ, ਇੱਕ ਨਵੇਂ ਟਾਈਪ ਦਾ। ਲਓ ਜੀ, 12:31 ਹੋ ਗਏ, ਅਤੇ ਆਪਣੀ ਜਿਹੜੀ ਟ੍ਰੇਨ ਆਉਣੀ ਹੈ 12:47 'ਤੇ ਆਉਣੀ ਹੈ, ਸ਼ਤਾਬਦੀ ਐਕਸਪ੍ਰੈਸ ਜਿਹੜੀ ਚੰਡੀਗੜ੍ਹ ਤੋਂ ਚੱਲਦੀ ਆ, ਅਤੇ ਇਹ ਆਪਣੇ ਇੱਕ ਨੰਬਰ ਪਲੇਟਫਾਰਮ 'ਤੇ ਆਉਣੀ ਆ, ਅਤੇ ਆਪਾਂ ਵੇਟ ਕਰ ਰਹੇ ਹਾਂ ਟ੍ਰੇਨ ਦਾ। ਅਤੇ ਬਾਕੀ ਹੁਣ ਤੁਹਾਨੂੰ ਦੇਖੋ ਮੇਰੇ ਵੀਰ, ਜਿਹੜੇ ਖਤਰੋਂ ਦੇ ਖਿਡਾਰੀ ਹੈਗੇ ਆ, ਜਿਹੜੇ ਕਹਿੰਦੇ ਆਪਾਂ ਤਾਂ ਇੱਦਾਂ ਹੀ ਚੜ੍ਹਾਂਗੇ, ਪਲੇਟਫਾਰਮ ਦਾ ਯੂਜ਼ ਨਹੀਂ ਕਰਨਾ, ਅਤੇ ਫਿਰ ਕਈ ਵਾਰ ਉੱਪਰ ਪ੍ਰੈਸ ਕਰ ਜਾਂਦੀ ਹੈ ਟ੍ਰੇਨ। ਬਾਕੀ ਹੁਣ ਤੁਹਾਨੂੰ ਜਿਹੜਾ ਕਲਕੱਤੇ ਦੇ ਵਲੋਗ ਨੇ ਉਹ ਤੁਹਾਨੂੰ ਕੰਟੀਨਿਊ ਮਿਲਣਗੇ, ਅਤੇ ਵਲੋਗਾਂ ਨਾਲ ਜੁੜੇ ਰਹੋ, ਚੈਨਲ ਕਰ ਰਹੇ ਹੋ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ, ਠੀਕ ਆ ਜੀ। ਅਤੇ ਬਾਕੀ ਆਪਾਂ ਦੇਖਦੇ ਹਾਂ ਟ੍ਰੇਨ ਦਿੰਦਾ ਜਾ ਕੇ, ਤੁਹਾਨੂੰ ਦੱਸਣਾ ਗੱਲਬਾਤ।
ਲੋ ਜੀ ਵੀਰੋ ਆਪਣੀ ਆ ਚੁੱਕੀ ਹੈ ਟ੍ਰੇਨ ਹੁਣ ਆਪਣੀ ਬਾਬੇ ਹੈਗੀ ਆ C2 ਇੱਥੇ ਆ ਕੇ ਮਿਲੂਗੀ ਆਪਾਂ ਨੂੰ C2 ਸੀਟ ਜਿਹੜਾ ਆਪਣਾ ਡੱਬਾ C2 ਹੈਗਾ ਆ ਸਰ ਲੋ ਜੀ ਇਹ C3 ਆ ਗਿਆ ਆ ਅੱਗੇ C2 ਆਪਣਾ ਨਾਲ ਬਾਈ ਕਹਿੰਦਾ ਤੁਹਾਨੂੰ ਚਾੜ ਕੇ ਜਾਵਾਂਗਾ ਮੈਂ ਏਦਾਂ ਨਹੀਂ ਜਾਂਦਾ ਕਹਿੰਦਾ ਕਹਿੰਦਾ ਕਦੇ ਉਲ ਕੇ ਭੱਜ C29 ਬਾਹਰ ਚੱਲਦੇ ਆ ਘਰ ਦੇ ਆਏ ਆ ਘਰਦਿਆਂ ਨੂੰ ਅਲਵਿਦਾ ਕਰਦੀ ਆ ਬਾਈ ਨਾਲ ਆਪਣੇ ਨਾਲ ਬਾਪੂ ਆਇਆ ਛੱਡਣ ਵਾਸਤੇ ਫਿਰ ਚੰਗਾ ਡੈਡੀ ਮਿਲਦੇ ਆ ਹੁਣ ਅਗਲੇ ਵਲੋਗ ਚ ਅਗਲੇ ਸਫਰਾਂ ਚ ਲਓ ਜੀ ਬਾਬਿਓ ਅੰਬਾਲੇ ਨੂੰ ਕਰ ਚੱਲੇ ਆਪਾਂ ਅਲਵਿਦਾ ਜੀ ਬਾਬਿਓ ਸੀਟ ਚ ਆ ਗਏ ਆਪਣੇ ਬਹਿ ਗਏ ਆ ਗਏ ਤੇ ਟ੍ਰੇਨ ਮੇਰੇ ਹਿਸਾਬ ਨਾਲ ਪੂਰੀ ਦੀ ਪੂਰੀ ਖਾਲੀ ਚੱਲੀ ਆ ਇੱਧਰ ਵਾਲੀ ਸਾਈਡ ਵੀ ਅੱਗੇ ਵੀ ਖਾਲੀ ਆ ਠੀਕ ਹੈ ਖਾਲੀ ਚੱਲੀ ਹੈ ਟੀਟੀ ਟਿਕਟ ਨਹੀਂ ਦੇ ਰਿਹਾ ਬੰਦਿਆਂ ਨੂੰ ਹੈਗਾ ਬਾਹਰ ਦਾ ਵਿਊ ਅੰਬਾਲੇ ਦਾ ਅੰਬਾਲਾ ਛਾਵਣੀ ਜੰਕਸ਼ਨ ਇਹ ਨਾਲਾ ਬਾਈ ਬਾਬੇ ਅੰਬਾਲੇ ਦਾ ਜਿੱਥੇ ਸਭ ਤੋਂ ਜ਼ਿਆਦਾ ਗੰਦ ਅੰਬਾਲੇ ਦਾ ਨਿਕਲਦਾ ਆ ਪੂਰੀ ਦੀ ਪੂਰੀ ਟ੍ਰੇਨ ਖਾਲੀ ਹੈ ਬਾਬਿਓ ਲਓ ਜੀ ਸੀਨ ਆਪਣਾ ਅਮਨਦੀਪ ਸਿੰਘ ਤੇ ਇਹ ਹੈਗਾ ਬਾਹਰ ਦਾ ਵਿਊ ਤੇ ਹੁਣ ਤੁਹਾਨੂੰ ਕੁਆਲਿਟੀ ਵੀ ਤਗੜੀ ਮਿਲਣ ਵਾਲੀ ਹੈ ਫੋਨ ਦੀ ਵੀਡੀਓ ਦੇ ਵਿੱਚ ਕਿਉਂਕਿ ਪਹਿਲਾਂ ਆਪਾਂ 12 ਮਿਨੀ ਦੇ ਨਾਲ ਸ਼ੂਟ ਕਰਦੇ ਸੀਗੇ ਵਲੋਗ ਨੂੰ ਹੁਣ ਆਪਾਂ ਕਰ ਰਹੇ ਹਾਂ 15+ ਨਾਲ ਆਟੋਮੈਟਿਕ ਤੁਹਾਨੂੰ ਜਿਹੜੀ ਕੁਆਲਿਟੀ ਬੰਬ ਮਿਲੂਗੀ ਕਿ ਆਪਾਂ ਜਿਹੜੀ ਟ੍ਰੇਨ 'ਚ ਸਫ਼ਰ ਕਰ ਰਹੇ ਹਾਂ ਇਹ ਟ੍ਰੇਨ ਚੱਲਦੀ ਹੈ ਚੰਡੀਗੜ੍ਹ ਤੋਂ ਚੰਡੀਗੜ੍ਹ ਸ਼ਤਾਬਦੀ ਐਕਸਪ੍ਰੈਸ ਕਹਿੰਦੇ ਇਹਨੂੰ ਅਤੇ ਇਹਦੇ ਬਸ 3 ਹੀ ਸਟੋਪਿਸ ਨੇ 4
ਇੱਕ ਚੰਡੀਗੜ੍ਹ, ਅੰਬਾਲਾ, ਕਰਨਾਲ ਅਤੇ ਉਸ ਤੋਂ ਬਾਅਦ ਫਿਰ ਦਿੱਲੀ। ਇਹ ਦੂਜੀ ਟ੍ਰੇਨ ਆ ਅੰਬਾਲੇ ਦੀ ਜਿਹੜੀ ਸਭ ਤੋਂ ਫਾਸਟ ਚੱਲਣ ਵਾਲੀ ਟ੍ਰੇਨ ਹੈ। ਸਭ ਤੋਂ ਪਹਿਲੀ ਹੈਗੀ ਆ ਬੰਦੇ ਭਾਰਤ, ਜਿਹਦਾ ਇੱਕ ਵੀ ਸਟੋਪ ਨਹੀਂ ਹੈਗਾ, ਸਿੱਧਾ ਦਿੱਲੀ ਜਾ ਕੇ ਰੁਕਦੀ ਹੈ। ਅਤੇ ਇੱਕ ਇਹ ਟ੍ਰੇਨ ਹੈ ਜਿਹਦਾ ਇੱਕ ਸਟੋਪ ਹੈਗਾ, ਤਕਰੀਬਨ ਇਹ 2.5-3 ਘੰਟੇ ਵਿੱਚ ਪਹੁੰਚਾ ਦਿੰਦੀ ਆ, ਲੇਟ ਨਹੀਂ ਹੁੰਦੀ ਹੈ। ਅਤੇ ਜੇ ਕਿਸੇ ਨੇ ਸਫ਼ਰ ਕਰਨਾ ਬਾਬੇ, ਉਹ ਵਧੀਆ ਆ। ਬਾਕੀ ਆਪਾਂ ਸਾਫ਼ ਸਫਾਈ ਬਾਰੇ ਕਹੀਏ ਤਾਂ ਬਹੁਤ ਵਧੀਆ ਸਾਫ਼ ਸਫਾਈ ਹੈ ਇਹਨਾਂ ਦੀ, ਅਤੇ ਬਾਥਰੂਮ ਬੂਥਰੂਮ ਦੇ ਬਾਰੇ ਤੁਹਾਨੂੰ ਦੱਸਾਂ ਕੀ ਹਿਸਾਬ ਦਾ ਇਹਨਾਂ ਦੇ, ਮੈਂ ਤਾਂ ਲਿਖਿਆ ਨਹੀਂ। ਬਾਕੀ ਜਿਹੜਾ ਕੁਰਸੀਆਂ ਥੱਲੇ ਦੀ ਬਾਈ, ਪੂਰੀ ਸਾਫ਼ ਸਫਾਈ ਬਹੁਤ ਵਧੀਆ ਆ, ਤੁਹਾਨੂੰ ਦਿਖਾ ਵੀ ਦਿੰਦਾ ਇੱਕ ਵਾਰ। ਮੈਂ ਦੇਖ ਸਕਦੇ ਤੁਸੀਂ ਬਿਲਕੁਲ ਸਾਫ਼ ਟ੍ਰੇਨ ਆ ਬਿਲਕੁਲ, ਠੀਕ ਆ ਜੀ। ਵੀਰੋ ਰੋਟੀ ਆ ਚੁੱਕੀ ਆ ਆਪਣੀ, ਰੋਟੀ ਖਾ ਕੇ ਫਿਰ ਆਪਾਂ ਕਰਨਾਲ ਵਾਲੇ ਸਟੇਸ਼ਨ 'ਤੇ ਰੁਕਾਂਗੇ, ਉੱਥੇ ਦੇਖਦੇ ਹਾਂ ਕੀ ਵਾ ਹਿਸਾਬ ਕਿਤਾਬ ਇਹਨਾਂ ਕੋਲ। ਦੇਖਦੇ ਮੇਰੇ ਸਾਨੂੰ ਪਨੀਰ, ਇੱਧਰ ਪਨੀਰ ਹੈ, ਬਾਕੀ ਰੋਟੀ ਖਾ ਕੇ ਮਿਲਦੇ ਆਪਾਂ ਤੁਹਾਨੂੰ। ਲਓ ਜੀ ਬਾਬੇ, ਦਾਲ ਹੈ, ਸਬਜ਼ੀ ਹੈ ਅਤੇ ਚੌਲ ਹੈ, ਨਾਲ ਦਹੀਂ ਹੈ, ਅਤੇ ਆਪਾਂ ਰੋਟੀ ਪਾਣੀ ਖਾ ਲਈਏ। ਮੈਂ ਸੋਚਿਆ ਸੀਗਾ ਤੁਹਾਨੂੰ ਦਿਖਾ ਦਈਏ ਕੀ ਹਿਸਾਬ ਕਿਤਾਬ ਹੈ, ਅਤੇ ਹੁਣ ਆਪਾਂ ਰੋਟੀ ਖਾ ਕੇ ਫਿਰ ਮਿਲਦੇ ਤੁਹਾਨੂੰ। ਲਓ ਜੀ ਬਾਬੇ, ਕਰਨਾਲ ਪਹੁੰਚ ਗਏ ਆਪਾਂ, ਇਹਦਾ ਇੱਕ ਹੀ ਸਟੋਪ ਹੈ ਕਰਨਾਲ ਦਾ। ਇਹ ਦੇਖ ਸਕਦੇ ਬਾਈ, ਇੱਥੇ ਰੁਕੀ ਆ ਕੇ, ਅਤੇ ਰੁਕਣਾ ਵੀ ਇੰਨੇ ਸਿਰਫ 2 ਮਿੰਟ ਹੈ, ਅਤੇ ਰੋਟੀ ਪਾਣੀ ਖਾ ਲਿਆ ਬਾਈ, ਬਹੁਤ ਵਧੀਆ ਰੋਟੀ ਪਾਣੀ ਸੀਗਾ ਇਹਨਾਂ ਦਾ। ਤੁਸੀਂ ਦੇਖ ਸਕਦੇ ਇੱਥੇ ਖੜ੍ਹੀ ਆ ਕੇ ਟ੍ਰੇਨ ਆਪਣੀ, ਬਾਕੀ ਰੋਟੀ ਪਾਣੀ ਬਹੁਤ ਵਧੀਆ ਸੀਗਾ ਯਾਰ। ਲਓ ਜੀ ਪਹੁੰਚ ਗਏ ਹਾਂ ਬਾਬੇ, ਉਹ ਸਦਰ ਬਾਜ਼ਾਰ, ਠੀਕ ਆ ਜੀ। ਇਸ ਤੋਂ ਬਾਅਦ ਹੁਣ ਦਿੱਲੀ ਆਊਗਾ, ਇਹ ਹੈਗਾ ਦਿੱਲੀ ਦਾ ਸਦਰ ਬਾਜ਼ਾਰ, ਅਤੇ ਤਕਰੀਬਨ ਇਸ ਤੋਂ ਅਗਲਾ ਸਟੇਸ਼ਨ ਹੁਣ ਨਿਊ ਦਿੱਲੀ ਹੈਗਾ ਆ। ਪੂਰੇ ਟਾਈਮ 'ਤੇ ਲਾਤਾ 3 ਵਜੇ, ਅਤੇ ਲੇਟ ਨਹੀਂ ਹੁੰਦੀ ਇਹ, ਬਿਲਕੁਲ ਐਕੂਰੇਟ ਟਾਈਮ 'ਤੇ ਚੱਲਦੀ ਹੈ, ਕਿੱਥੇ ਰੁਕੀ ਨਹੀਂ ਹੈ, ਬਾਕੀ ਵਧੀਆ ਟ੍ਰੇਨ ਹੈ। ਬਾਕੀ ਬਾਈ ਟ੍ਰੇਨ ਦੇ ਅੰਦਰ ਸਫਾਈ ਬਹੁਤ ਵਧੀਆ ਸੀਗੀ, ਅਤੇ ਬਾਥਰੂਮ ਵੀ ਸੋਹਣੇ ਸੀਗੇ, ਰੋਟੀ ਪਾਣੀ ਬਹੁਤ ਵਧੀਆ ਸੀਗਾ। ਅਤੇ ਮੈਂ ਰਿਕਮੈਂਡ ਕਰਨਾ ਬਾਈ, ਜੇ ਕੋਈ ਚੰਡੀਗੜ੍ਹ ਤੋਂ ਦਿੱਲੀ ਦਾ ਕੋਈ ਸਫ਼ਰ ਕਰਨਾ ਚਾਹੁੰਦਾ ਆ ਤਾਂ ਇਹ ਟ੍ਰੇਨ 'ਤੇ ਆ ਸਕਦਾ ਆ। ਉਹ ਜੀ ਬਾਬੇ ਆ ਚੁੱਕਾ ਜੀ ਨਿਊ ਦਿੱਲੀ ਸਦਰ ਬਾਜ਼ਾਰ ਤੋਂ ਬਾਅਦ। ਲਓ ਜੀ ਦੇਖ ਸਕਦੇ ਹੋ ਸਟੇਸ਼ਨ, ਮਾਹੌਲ ਥੋੜ੍ਹਾ ਜਿਹਾ ਠੀਕ ਹੀ ਆ, ਗਰਮ ਹੀ ਹੈ। ਨਮਸਤੇ ਇੰਡੀਆ, ਨਿਊ ਦਿੱਲੀ। ਪਲੇਟਫਾਰਮ ਕਿੰਨੇ ਦਾ ਤਾਰੇ ਨੇ, 2 'ਤੇ। ਬੱਬੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਦਿੱਲੀ, ਅਤੇ ਹੁਣ ਤੁਹਾਨੂੰ ਇੱਥੇ ਘੁੰਮਾਵਾਂਗੇ ਜੋ ਵੀ ਲੋਟਸ ਟੈਂਪਲ, ਅਕਸ਼ਰਧਾਮ, ਹੋਰ ਵੀ ਜਿੰਨੇ ਕੁਝ ਹੈਗਾ ਇੱਥੇ ਘੁੰਮਣ ਲਾਇਕ, ਅਤੇ ਉਮੀਦ ਹੈ ਕਿ ਤੁਹਾਨੂੰ ਵਲੋਗ ਵਧੀਆ ਲੱਗੂਗਾ। ਅਤੇ ਬਾਕੀ ਹੁਣ ਇੱਕ ਵਾਰ ਟ੍ਰੇਨ 'ਚੋਂ ਆਪਾਂ ਬਾਹਰ ਨਿਕਲ ਜਾਈਏ। ਇਹ ਖੜ੍ਹੀ ਟ੍ਰੇਨ ਆਪਣੀ,
ਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਬਾਹਰ ਵਾਲੀ ਸਾਈਡ ਨੂੰ ਤੇ ਮਿਲਦੇ ਹਾਂ ਅਗਲੇ ਵਲੋਗ 'ਚ। ਤੇ ਉਮੀਦ ਹੈ ਕਿ ਤੁਹਾਨੂੰ ਸਫ਼ਰ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਦਿਓ ਲਾਈਕ, ਕਮੈਂਟ, ਸ਼ੇਅਰ, ਸਬਸਕ੍ਰਾਈਬ। ਮਿਲਦੇ ਇੱਕ ਹੋਰ ਵਲੋਗ 'ਚ। ਹੁਣ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਦੇਖੋ ਆਪਣੀ ਟ੍ਰੇਨ ਸ਼ਤਾਬਦੀ ਐਕਸਪ੍ਰੈਸ, ਠੀਕ ਹੈ ਜੀ। ਓਕੇ ਜੀ, ਫਿਰ ਸਾਰਿਆਂ ਨੂੰ ਬਾਏ ਬਾਏ।